ਸੰਸਦ ਦਾ ਜਿਹੜਾ ਮੌਨਸੂਨ ਸੈਸ਼ਨ ਹੈ ਉਹਦੇ ਲਈ ਤੁਸੀਂ ਸੰਸਦ ਵੱਲ ਮਾਰਚ ਕਰੋਗੇ। ਇਹ ਜਿਹੜਾ ਮਾਰਚ ਹੈ ਇਹਦੀ ਰੂਪ ਰੇਖਾ ਕੀ ਹੈ, ਕਿੰਨੇ ਲੋਕ ਇਹਦੇ ਵਿੱਚ ਸ਼ਾਮਿਲ ਹੋਣਗੇ, 26 ਜਨਵਰੀ ਵਾਲੀ ਘਟਨਾ ਨਾ ਵਾਪਰੇ, ਉਹਨੂੰ ਰੋਕਣ ਦੇ ਲਈ ਤੁਸੀਂ ਕੀ ਇਸ ਵਾਰ ਜਿਹੜੇ ਹੈਗੇ ਇਤਿਹਾਸ ਦੇ ਤੌਰ ਤੇ ਕਦਮ ਚੁੱਕਣ ਜਾ ਰਹੇ ਹੋ? ਪਹਿਲੀ ਗੱਲ ਤਾਂ ਇਹ ਜਿਹੜੀਆਂ ਜਥੇਬੰਦੀਆਂ ਦੇ 5-5 ਬੰਦੇ ਲਏ ਨੇ, ਅਸੀਂ ਲਏ ਹੀ ਆਗੂ ਟਾਈਪ ਬੰਦੇ ਨੇ, ਉਹਨਾਂ ਦੀ ਸ਼ਨਾਖਤ ਹੋ ਗਈ, ਉਹਨਾਂ ਦੇ ਆਈ ਕਾਰਡ ਹੋਣਗੇ ਵਗੈਰਾ, ਉਹ ਬੱਸਾਂ ਦੇ ਵਿੱਚ ਜਾਣਗੇ, ਬੱਸਾਂ ਦੇ ਵਿੱਚ ਜਾਣ ਦੀ ਅਗਵਾਈ ਕਰਨਗੀਆਂ ਟੀਮਾਂ, ਉਹਨਾਂ ਦੀ ਸ਼ਨਾਖਤ ਵਗੈਰਾ ਬੱਸਾਂ 'ਚ ਕਰੂਗੀ, ਇਸ ਕਿਸਮ ਦੀ ਕੋਈ ਘਟਨਾ ਨਾ ਵਾਪਰੇ, ਇਸ ਗੱਲ ਨੂੰ ਧਿਆਨ 'ਚ ਰੱਖ ਕੇ ਅਸੀਂ ਕਿ 26 ਨਾਲ ਬਾਰੇ ਬਣੇ, ਤਾਂ ਇਹ ਗਿਣਤੀ ਅਸੀਂ ਥੋੜ੍ਹੀ ਭੇਜਦੇ ਹਾਂ, ਨਹੀਂ ਤਾਂ ਵੱਡੀ ਗਿਣਤੀ ਜ਼ਿਆਦਾ, ਇਸ ਕਰਕੇ ਉਹ ਹੋਰ ਕੋਈ ਸੰਭਾਵਨਾ ਨਹੀਂ ਲੱਗਦੀ ਹੁਣ ਇਹ ਇਸ ਤਰ੍ਹਾਂ ਦੀ, ਉਹ ਤੋਂ ਅਸੀਂ ਚੁੱਕਣੇ ਹਾਂ, ਉਸ ਤਰ੍ਹਾਂ ਦੀ ਘਟਨਾ ਕੋਈ ਨਹੀਂ। ਕੋਈ ਜਗ੍ਹਾ ਮਾਰਕ ਕੀਤੀ ਤੁਸੀਂ ਸੰਸਦ ਦੇ ਆਸ ਪਾਸ ਜਾਂ ਜੰਤਰ ਮੰਤਰ ਜਿੱਥੇ ਜਿੱਥੇ ਤੁਹਾਨੂੰ ਪੁਲਿਸ ਅਲਾਓ ਕਰੋਗੀ, ਕਿੱਥੇ ਤੱਕ ਜਾਣ ਦੀ ਉਮੀਦ ਹੈ, ਤੁਸੀਂ ਕਿੱਥੇ ਜਾ ਕੇ ਬੈਠਣਾ ਚਾਹੁੰਦੇ ਹੋ? ਦੇਖੋ ਅਜੇ ਸਾਡੀ ਹੈਗੀ ਵੀ ਜੰਤਰ ਮੰਤਰ ਦੇ ਵਿੱਚ ਸਾਰਿਆਂ ਨੇ ਇਕੱਠੇ ਹੋਣਾ, ਉਦੋਂ ਬਾਅਦ ਕਿੱਧਰ ਨੂੰ ਕੋਈ ਦਿਸ਼ਾ ਬਣਦੀ ਹੈ, ਇਹ ਅਸੀਂ ਕੱਲ੍ਹ ਦੀ ਮੀਟਿੰਗ ਰੱਖੀ ਹੋਈ ਹੈ ਸਾਡੇ ਸੰਯੁਕਤ ਮੋਰਚੇ ਦੀ, ਉਹਦੇ 'ਚ ਤੈਅ ਕਰਾਂਗੇ ਵੀ ਅੱਗੇ ਕੀ ਬਣ ਸਕਦਾ ਕੀ ਨਹੀਂ ਬਣ। ਕਿਉਂਕਿ ਇਸ ਕਦਮ ਰਾਹੀਂ ਤੁਸੀਂ ਕੀ ਹਾਸਲ ਕੀ ਚਾਹਨਾ ਚਾਹੁੰਦੇ ਹੋ? ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੇ ਇਸ ਕਦਮ ਦੇ ਨਾਲ ਪ੍ਰੈਸ਼ਰ ਚੱਲ ਰਿਹਾ ਕਿ ਸਰਕਾਰ ਤਾਂ ਤੁਹਾਨੂੰ ਕਹਿ ਰਹੀ ਹੈ ਕਿ ਆਓ ਗੱਲਬਾਤ ਕਰੀਏ? ਦੇਖੋ ਕਦੇ ਵੀ ਕੋਈ ਵੀ ਐਕਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਹਦੇ ਨਾਲ ਸਰਕਾਰ ਮੰਨ ਜੂਗੀ ਅਸੀਂ ਐਂ ਕਿਆ ਸਹੀ ਕਰਕੇ ਆਏ ਹੋਈਏ, ਐਂ ਤਾਂ ਅਸੀਂ ਹੁਣ 7.5 ਮਹੀਨਿਆਂ ਤੋਂ ਬੈਠੇ ਹਾਂ, ਅਸੀਂ ਜੇ ਉਦੋਂ ਹੀ ਕਹਿ ਲੈਂਦੇ ਵੀ ਇਹ 5-4 ਦਿਨਾਂ ਦੇ ਵਿੱਚ ਸਰਕਾਰ ਮੰਨ ਜੂਗੀ, ਇਸ ਤਰ੍ਹਾਂ ਦਾ ਸਾਡਾ ਹੈ ਨਹੀਂ, ਸਾਨੂੰ ਪਤਾ ਹੈ ਕਿਉਂਕਿ ਗੱਲ ਬਹੁਤ ਵੱਡੀ ਹੈ, ਨੀਤੀਆਂ ਦੀ ਗੱਲ ਹੈ, ਵਿਸ਼ਵ ਭਰ ਸੰਸਥਿਆਂ ਨੀਤੀਆਂ ਦੇ ਕਾਰਪੋਰੇਟ ਘਰਾਣੇ ਦੇ ਫਾਇਦੇ ਕਰਨ ਵਾਸਤੇ ਸਰਕਾਰ ਨੇ ਫੈਸਲਾ ਕੀਤਾ ਹੋਇਆ, ਇਹ ਤੋਂ ਮੁੜਨਾ ਕੋਈ ਸੌਖੀ ਖੇਡ ਨਹੀਂ ਹੈ, ਇਹ ਲੜਾਈ ਲੰਮੀ ਹੈ, ਇਹ ਮੱਥ ਕੇ ਚੱਲੇ ਸੀ, ਇਸ ਕਰਕੇ ਜਿਹੜੀਆਂ ਹੋਈ ਐਕਟੀਵਿਟੀਆਂ ਹੁੰਦੀਆਂ ਨੇ ਹੁਣ ਵੀ ਅਸੀਂ ਐਕਸ਼ਨ ਕਰਦੇ ਹਾਂ, ਜਾਂ 17 ਤਰੀਕ ਨੂੰ ਅਸੀਂ ਸੰਸਦਾਂ ਦੇ ਬਾਹਰ ਜਾ ਰਹੇ ਹਾਂ ਵਿਰੋਧੀ ਧਿਰਦਿਆਂ ਦੇ, ਇਹ ਤਾਂ ਮਤਲਬ ਇਹ ਨਹੀਂ ਵੀ ਉਹ ਵਿਰੋਧੀ ਧਿਰ ਵਾਲੇ ਜਿਵੇਂ ਅਸੀਂ ਕਹਿੰਦੇ ਉਹ ਕਹਿਣਗੇ, ਅਸੀਂ ਤਾਂ ਇੱਕ ਹਾਈਲਾਈਟ ਗੱਲ ਕਰਨ ਦੀ ਖਾਤਰ, ਲੋਕਾਂ ਨੂੰ ਦੱਸਣ ਦੀ ਖਾਤਰ ਵੀ ਅਸੀਂ ਤਾਂ ਭਾਈ ਇਹਨਾਂ ਨੂੰ ਵੀ ਕਿਹਾ ਸੀ, ਇਹਨਾਂ ਨੂੰ ਵੀ ਕਿਹਾ ਸੀ, ਅਸੀਂ ਸੰਸਦ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਕੀਤਾ, ਅਸੀਂ ਹੋਰ ਦੇ ਲਈ ਅਸੀਂ ਕਾਲੇ ਦਿਨ ਵੀ ਮਨਾਏ, ਅਸੀਂ ਹੜਤਾਲਾਂ ਵੀ ਕੀਤੀਆਂ, ਅਸੀਂ 7.5-8 ਮਹੀਨੇ 8 ਮਹੀਨੇ ਉੱਥੇ ਸੜਕਾਂ ਤੇ ਬੈਠੇ ਵੀ, ਤੇ ਸਰਕਾਰ ਨੇ ਸਾਡੀ ਸੁਣੀ ਨੀ, ਜਿਹਨੂੰ ਤੁਸੀਂ ਜਮਹੂਰੀ ਰਾਜ ਕਹਿੰਦੇ ਹੋ, ਜਮਹੂਰੀ ਰਾਜ ਨਹੀਂ ਹੈ, ਲੋਕਤੰਤਰ ਨਹੀਂ ਹੈ, ਸਰਕਾਰ ਤਾਨਾਸ਼ਾਹ ਹੈ, ਸਰਕਾਰ ਦਾ ਅੜੀਅਲ ਰਵੱਈਆ, ਸਰਕਾਰ ਹੰਕਾਰੀ ਹੈ, ਇਸ ਕਰਕੇ ਸਰਕਾਰ ਨੇ ਲੋਕਾਂ ਦੀ ਗੱਲ ਨਹੀਂ ਸੁਣੀ, ਲੋਕਾਂ ਦੇ ਵਿੱਚ ਬਦਨਾਮ ਕਰਨ ਵਾਸਤੇ ਇਹਨਾਂ ਦੀ ਸਿਆਸੀ ਸਾਖ ਖਰਾਬ ਕਰਨ ਦੀ ਖਾਤਰ ਸਾਡੇ ਕੋਲ ਮਟੀਰੀਅਲ ਤਾਂ ਇਕੱਠਾ ਹੁੰਦਾ ਹੈ, ਇਹ ਤਾਂ ਨਹੀਂ ਵੀ ਅਸੀਂ ਹੁਣ ਸਰਹੱਦਾਂ ਤੇ ਬੈਠੇ ਹਾਂ, ਦਿੱਲੀ ਦੀਆਂ ਸਰਹੱਦਾਂ ਤੇ 5 ਸੜਕਾਂ ਤੇ ਬੈਠੇ ਹਾਂ, ਚੁੱਪ ਕਰਕੇ ਬੈਠੇ ਰਹਾਂਗੇ, ਕੁਛ ਨਾ ਕੁਛ ਤਾਂ ਅਸੀਂ ਕਰਾਂਗੇ, ਉਹਦੇ ਸਿੱਟੇ ਕੀ ਨਿਕਲਦੇ ਨੇ ਇਹ ਤਾਂ ਦੁਨੀਆਂ ਦੇਖੂਗੀ, ਇਤਿਹਾਸ ਦੇਖੂਗਾ, ਮੀਡੀਆ ਦੇਖਦਾ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਵਿਰੋਧੀ ਧਿਰ ਦੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੂੰ ਤੁਸੀਂ ਚਿੱਠੀਆਂ ਲਿਖਣ ਜਾ ਰਹੇ ਹੋ, ਹਾਲਾਂਕਿ ਰਾਜੇਵਾਲ ਸਾਹਿਬ ਕਹਿੰਦੇ ਸੀ ਅਸੀਂ ਜਨਤਕ ਵਿਪ ਜਾਰੀ ਕਰਾਂਗੇ, ਅਗਰ ਵਿਰੋਧੀ ਧਿਰ ਤੁਹਾਡੀ ਗੱਲ ਨਹੀਂ ਮੰਨਦਾ ਜਾਂ ਨਹੀਂ ਸੁਣਦਾ, ਤੁਹਾਡੇ ਮੁਤਾਬਕ ਨਹੀਂ ਸੰਸਦ 'ਚ ਆਵਾਜ਼ ਜਾਂਦਾ, ਤਾਂ ਤੁਹਾਡਾ ਕੀ ਐਕਸ਼ਨ ਹੋਏਗਾ ਅਗਲਾ? ਦੇਖੋ ਕੀ ਐਕਸ਼ਨ ਹੁੰਦਾ ਹੈ ਇਹ, ਫਿਰ ਇਹਨਾਂ ਨੇ ਸਾਡੇ ਕੋਲ ਸੱਤਾਂ 'ਚ ਫਿਰ ਆਉਣਾ, ਫਿਰ ਅਸੀਂ ਪੁੱਛਾਂਗੇ ਭਾਈ ਤੁਹਾਡੇ ਕੋਲ ਅਸੀਂ ਗਏ ਸੀ, ਸਾਡੀ ਗੱਲ ਨਹੀਂ ਕੀਤੀ, ਅਸੀਂ ਸੱਤਾਂ 'ਚ ਇਹਨਾਂ ਨੂੰ ਸਵਾਲ ਕਰਾਂਗੇ, ਸਾਡੇ ਕੋਲ ਤਾਂ ਇਹਨਾਂ ਨੇ ਫਿਰ ਵੀ ਆਉਣਾ, ਹੁਣ ਨਹੀਂ ਆਉਣਗੇ ਫਿਰ 2019 ਦੇ ਵਿੱਚ ਆ ਜਾਣਾ, 2024 ਆ ਜਾਣਾ, ਤੇ ਇਹਨਾਂ ਨੇ ਫਿਰ ਅੱਗੇ ਤਾਂ ਮਤਲਬ ਚੋਣਾਂ ਇਹਨਾਂ ਨੇ ਫਿਰ ਲੜੀ ਨੇ, ਕੱਲ੍ਹ ਨੂੰ ਪਾਰਲੀਮੈਂਟ ਚੋਣਾਂ ਆਉਣਗੀਆਂ, ਹੁਣ ਅਸੈਂਬਲੀ 'ਚ ਉਹਨਾਂ ਨੇ 22 ਦੇ ਵਿੱਚ ਵੀ ਤਾਂ ਇਹਨਾਂ ਦੀਆਂ ਪਾਰਟੀ ਦੇ ਨੁਮਾਇੰਦੇ ਆਉਣਗੇ, ਜਦੋਂ ਅਸੀਂ ਇਹਨਾਂ ਦੀ ਸਾਡੀ ਗੱਲ ਨਹੀਂ ਕਰਨਗੇ, ਅਸੀਂ ਸੱਤਾਂ 'ਚ ਘਿਰ ਕੇ ਪੁੱਛਾਂਗੇ ਵੀ ਸਾਡੀ ਗੱਲ ਕਿਉਂ ਨਹੀਂ ਕੀਤੀ, ਭਾਈ ਸਾਡੇ ਕੋਲ ਤਾਂ ਹੁਣ ਇਹ ਹੀ ਸੋਰਸ ਹੈ, ਜਨਤਕ ਮੂਵਮੈਂਟ ਦੇ ਕੋਲ, ਜਨਤਕ ਜਥੇਬੰਦੀਆਂ ਕੋਲ ਤਾਂ ਮਾਸ ਮੂਵਮੈਂਟ ਦੀ ਇੱਕ ਤਾਕਤ ਹੁੰਦੀ ਹੈ, ਉਹਦੇ ਆਸਰੇ ਤੇ ਉਹਨਾਂ ਦਾ ਸਵਾਲ ਜਵਾਬ ਹੀ ਕਰ ਸਕਦੇ ਹਾਂ, ਹੋਰ ਉਹਨਾਂ ਦੇ ਕੋਈ ਡਾਂਗ ਤਾਂ ਮਾਰੀ ਨਹੀਂ ਜਾਂਦੀ। ਤੁਸੀਂ ਚੋਣਾਂ ਦਾ ਜ਼ਿਕਰ ਕੀਤਾ ਪ੍ਰਧਾਨ ਸਾਹਿਬ, ਚਰਚਾ ਤਾਂ ਇਹ ਵੀ ਹੈ ਜਾਂ ਇਸ ਗੱਲ ਦੀ ਆਵਾਜ਼ਾਂ ਉੱਠ ਰਹੀਆਂ ਨੇ ਕਿ ਕਿਸਾਨਾਂ ਨੂੰ ਵੀ ਚੋਣਾਂ ਲੜਨੀਆਂ ਚਾਹੀਦੀਆਂ ਨੇ, ਤੁਹਾਡਾ ਕੀ ਰਾਏ ਇਸ ਮੁੱਦੇ ਤੇ, ਤੁਹਾਡੇ ਬੰਦੇ ਹੀ ਆਵਾਜ਼ ਚੁੱਕ ਰਹੇ ਨੇ ਇਹ? ਦੇਖੋ ਜਿਹਨਾਂ ਦੀ ਕੋਈ ਕਿਸੇ ਦੀ ਅੰਦਰਲੀ ਇੱਛਾ ਹੋਵੇ ਉਹਦੀ ਚੋਣ ਲੜਨ ਦੀ, ਉਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਵੈਸੇ ਕੋਈ ਵੀ ਇੱਕ ਆਗੂ ਸੰਯੁਕਤ ਮੋਰਚੇ ਦੇ ਤੌਰ ਤੇ ਨਹੀਂ ਕਹਿ ਸਕਦਾ, ਸੰਯੁਕਤ ਮੋਰਚੇ ਦਾ ਕੋਈ ਫੈਸਲਾ ਨਹੀਂ।
ਦੇਖੋ ਵੱਖ ਵੱਖ ਵਿਚਾਰਾਂ ਦੀਆਂ ਜਥੇਬੰਦੀਆਂ ਹੋਈਆਂ ਨੇ ਇਕੱਠੀਆਂ, ਹਿੰਦੁਸਤਾਨ ਦੀਆਂ ਜਥੇਬੰਦੀਆਂ ਨੇ, ਹਰੇਕ ਦੇ ਵਿਚਾਰ ਵੱਖਰੇ ਵੱਖਰੇ ਨੇ। ਉਹਨਾਂ 'ਚ ਬਹੁਤ ਸਾਰੀਆਂ ਜਥੇਬੰਦੀਆਂ ਨੇ ਜਿਹੜੀਆਂ ਪਾਰਟੀਆਂ ਨਾਲ ਲਿੰਕਡ ਨੇ, ਉਹਨਾਂ ਦੀਆਂ ਪਾਰਟੀਆਂ ਚੋਣਾਂ ਲੜਦੀਆਂ ਨੇ। ਪਰ ਅੱਜ ਦੀ ਘੜੀ ਤਾਂ ਉਹ ਵੀ ਇਹ ਗੱਲਾਂ ਕਹਿ ਰਹੇ ਨੇ ਕਿ ਜਿੰਨਾ ਚਿਰ ਸਾਡਾ ਇਹ ਕਾਨੂੰਨਾਂ ਦਾ ਫੈਸਲਾ ਨਹੀਂ ਹੁੰਦਾ, ਸਾਡਾ ਅੰਦੋਲਨ ਚੱਲਦਾ, ਉਹਨਾਂ ਚਿਰ ਚੋਣਾਂ ਦੀ ਗੱਲ ਉਹ ਵੀ ਨਹੀਂ ਕਰ ਰਹੇ। ਇਸ ਕਰਕੇ ਸਾਡੇ ਇੱਕ ਸਾਥੀਆਂ ਨੂੰ ਤਾਂ ਬੇਨਤੀ ਕਰਦੇ ਸੀ ਵੀ ਤੁਸੀਂ ਜਿੰਨਾ ਚਿਰ ਭਾਈ ਅਸੀਂ ਇਹ ਅੰਦੋਲਨ ਚੱਲਦਾ, ਆਹ 3 ਕਾਨੂੰਨਾਂ ਨੂੰ ਰੱਦ ਕਰਾ ਲਓ, ਪਿੱਛੋਂ ਆਪਣੀ ਆਪਣੀ ਡਫਲੀ ਜਿਵੇਂ ਮਰਜ਼ੀ ਵਜਾਈ ਜਾਓ, ਕੋਈ ਚੋਣ ਲੜੇ ਕੋਈ ਨਾ ਲੜੇ, ਇਹ ਸੰਯੁਕਤ ਮੋਰਚੇ ਦਾ ਕੋਈ ਫੈਸਲਾ ਨਹੀਂ। ਜੇ ਕਿਸੇ ਦੇ ਇਹ ਬਿਆਨ ਆਉਂਦੇ ਨੇ ਤਾਂ ਉਹਨਾਂ ਦੀ ਪਰਸਨਲ ਸਮਝ ਹੋ ਸਕੇ। ਸਾਹਿਬ ਵਿੱਚ ਜਿਹੜੀ ਹੈਗੀ ਕਿ ਅਗਰ ਲੋਕਤੰਤਰ ਦੇ ਵਿੱਚ ਜਿਹੜੀ ਲੜਾਈ ਹੈ ਉਹ ਸੰਸਦ ਦੇ ਅੰਦਰ ਲੜੀ ਜਾਂਦੀ ਹੈ, ਸੋ ਅਗਰ ਕਿਸਾਨ ਆਗੂ ਰਾਜਨੀਤਿਕ ਤੌਰ ਤੇ ਸਰਗਰਮ ਹੋ ਵੀ ਜਾਂਦੇ ਤਾਂ ਉਹਦੇ ਚ ਫਰਕ ਕੀ ਪੈਂਦਾ ਹੈ? ਹੋ ਜਾਣ ਜਿਨ੍ਹਾਂ ਨੇ ਹੋਣਾ ਉਹ ਜਾ ਕੇ ਅੰਦਰ ਲੜ ਲੈਣ, ਜਿਨ੍ਹਾਂ ਨੇ ਬਾਹਰ ਲੜਨਾ ਉਹ ਬਾਹਰ ਲੜੀ ਜਾਣਗੇ, ਜਿਹਨੂੰ ਅੰਦਰ ਲੜਨ ਦਾ ਸ਼ੌਕ ਹੈ। ਅਸੀਂ ਅੰਦਰ ਦੀ ਲੜਾਈ ਤੇ ਬਾਹਰ ਦੀ ਲੜਾਈ ਨੂੰ ਅੱਡੋ ਅੱਡ ਦੇਖਦੇ ਹਾਂ। ਬਾਹਰ ਦੀ ਲੜਾਈ ਤੇ ਅੰਦਰ ਦੀ ਲੜਾਈ 'ਚ ਜ਼ਮੀਨ ਸਮਾਨ ਦਾ ਫਰਕ ਹੈ। ਅੰਦਰ ਵਕਤੀ ਹੁੰਦੀ ਹੈ, ਫਰਜ਼ੀ ਹੁੰਦੀ ਹੈ, ਪਰ ਹਕੀਕਤ ਹੁੰਦੀ ਹੈ, ਸੱਚਾਈ ਹੁੰਦੀ ਹੈ। ਇਸ ਕਰਕੇ ਅੰਦਰ ਤਾਂ ਲੜਦੇ ਨੇ ਇਹ, ਇੱਕ ਦੂਜੀ ਧਿਰ ਨੇ ਦੂਜੀ ਧਿਰ ਨੂੰ ਠਿੱਬੀ ਲਾਉਣਾ ਹੁੰਦਾ ਹੈ, ਵਿਰੋਧੀ ਧਿਰ ਨੇ ਹਾਕਮ ਧਿਰ ਨੂੰ ਪਿਸ਼ਾਬ ਪਿੱਛੇ ਰੱਖਣਾ ਹੁੰਦਾ, ਉਹਦੇ ਕਮਜ਼ੋਰ ਨੁਕਤੇ ਦੇਖਣੇ ਹੁੰਦੇ ਨੇ। ਇੱਧਰ ਅਸੀਂ ਬਾਦ ਲੀਲ ਗੱਲ ਕਰਦੇ ਹਾਂ, ਅਸੀਂ ਦੱਸਦੇ ਹਾਂ ਵੀ ਸਾਡੀ ਅਸੀਂ ਆਏ ਕਿਉਂ ਆ, ਅਸੀਂ ਉੱਠੇ ਕਿਉਂ ਆ, ਅਸੀਂ ਸੜਕਾਂ ਤੇ ਕਿਉਂ ਬੈਠੇ ਹਾਂ, ਅਸੀਂ ਬਾਦ ਲੀਲ ਕਰਦੇ ਹਾਂ। ਸਾਡੀ ਗੱਲ 'ਚ ਦਮ ਹੁੰਦਾ, ਸਾਡੇ ਕੋਲ ਹਕੀਕਤ ਹੁੰਦੀ ਆ, ਸਾਡੇ ਨਾਲ ਮਾਸ ਮੂਵਮੈਂਟ ਹੈ। ਲੋਕ ਜਿਹੜੇ ਕਿਰਤੀ ਲੋਕ ਖੇਤਾਂ 'ਚੋਂ ਉੱਠ ਕੇ ਆਉਂਦੇ ਨੇ, ਬਾਲ ਬੱਚਿਆਂ ਪਰਿਵਾਰਾਂ ਸਮੇਤ ਅਸੀਂ ਬੈਠੇ ਹਾਂ, 9 ਮਹੀਨੇ ਹੋ ਗਏ ਸਾਡੇ ਨਾਲ, ਅਸੀਂ ਬੱਚੇ ਵੀ ਬੈਠੇ ਨੇ, ਸਾਡਾ 500 ਤੋਂ ਉੱਤੇ ਬੰਦਾ ਸ਼ਹੀਦ ਹੋ ਗਿਆ। ਇਹ ਨਹੀਂ ਵੀ ਸਿਰਫ ਅਸੀਂ ਗੱਲਾਂ ਹੀ ਕਰਦੇ ਹਾਂ, ਅਸੀਂ ਕੁਝ ਕਰਕੇ ਵੀ ਦਿਖਾਉਂਦੇ। ਇਸ ਕਰਕੇ ਸੰਸਦ ਦੀ ਲੜਾਈ ਦਾ ਤੇ ਫੀਲਡ ਦੀ ਲੜਾਈ ਦਾ ਬਹੁਤ ਫਰਕ। ਸਰ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ ਕਿ ਇਸ ਅੰਦੋਲਨ ਦਾ ਭਵਿੱਖ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ, ਕਿੰਨੀ ਦੇਰ ਹੋਰ ਚੱਲੇਗਾ ਇਹ? ਦੇਖੋ ਕਿੰਨੀ ਦੇਰ ਹੋਰ ਚੱਲੇਗਾ ਤਾਂ ਸਰਕਾਰ ਦਾ ਸਵਾਲ ਹੈ, ਸਰਕਾਰ ਤੇ ਕਰੋ ਤੁਸੀਂ ਸਵਾਲ, ਉਹਨਾਂ ਨੇ ਕਰਨਾ ਫੈਸਲਾ ਇਹਦਾ ਵੀ ਇਹ ਕਿੰਨੀ ਦੇਰ ਹੋਰ ਚਲਾਉ। ਜਿੱਥੇ ਤੱਕ ਭਵਿੱਖ ਦਾ ਸਵਾਲ ਹੈ, ਭਵਿੱਖ ਤਾਂ ਹੁਣ ਸਾਡੇ ਕੋਲ ਗਾਉਣ ਨੂੰ ਕੀ ਹੈ, ਸਾਡੇ ਕੋਲ ਤਾਂ ਗਾਉਣ ਨੂੰ ਕੁਛ ਹੈ ਨੀ, ਸਾਰਾ ਕੁਛ ਪਾਉਣ ਨੂੰ ਹੀ ਹੈ। ਸਾਡੇ ਕੋਲ ਜਿਹੜਾ ਕੁਛ ਸੀ, ਸਿਰਲੀਆਂ ਕੀਤੀਆਂ ਹੋਈਆਂ ਕਿਰਤ ਕਮਾਈਆਂ ਸਾਰੀਆਂ ਖੋਲੀਆਂ, ਵਿੱਦਿਆ ਖੋਲੀ, ਸਿਹਤ ਸਹੂਲਤਾਂ ਖੋਲੀਆਂ, ਬਿਜਲੀ ਖੋਣ ਜਾ ਰਹੇ ਨੇ, ਸੜਕਾਂ ਖੋਲੀਆਂ, ਪਾਣੀ ਖੋਲਿਆ, ਕੋਲੇ ਦੀਆਂ ਖਾਣਾਂ ਖੋਲੀਆਂ, ਰੇਲ ਗੱਡੀਆਂ ਖੋਲੀਆਂ, ਪਬਲਿਕ ਸੈਕਟਰ ਖੋਲਿਆ, ਰੁਜ਼ਗਾਰ ਖੋਲਿਆ, ਕਰਜ਼ੇ ਦੀਆਂ ਪੰਡਾਂ ਦੇਤੀਆਂ, ਖੁਦਕੁਸ਼ੀਆਂ ਦਾ 3 ਲੱਖ ਖੁਦਕੁਸ਼ੀ ਹੋ ਗਈ, ਤੇ ਇਹ ਸਾਰਾ ਕੁਛ ਖੁੱਸਿਆ ਹੋਇਆ। ਹੁਣ ਸਾਡੇ ਕੋਲ 2 ਟੁੱਕੜ ਨੇ, ਰੋਟੀ ਜ਼ਮੀਨ ਚੋਂ ਮਿਲਦੀ ਆ ਸਾਨੂੰ, ਇਹ ਜ਼ਮੀਨ ਜੇ ਖੁੱਸਦੀ ਆ ਔਰ ਸਾਡੇ ਕੋਲ, ਤਾਂ ਫਿਰ ਜੇ ਨਹੀਂ ਲੜਦੇ ਤਾਂ ਕੋਈ ਚਾਰਾ ਨਹੀਂ। ਸਾਡੇ ਕੋਲ ਤਾਂ ਸਭ ਕੁਛ ਪਾਉਣ ਵਾਸਤੇ ਆ, ਗਵਾਉਣ ਵਾਸਤੇ ਸਾਡੇ ਕੋਲ ਕੁਛ ਨਹੀਂ।